ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਤਾਂ ਦੋਸਤੋ ਅੱਜ ਦੀ ਵੈਕੈਂਸੀ ਡਿਟੇਲ ਲੈ ਤੁਹਾਡੇ ਲਈ ਹਾਜ਼ਰ ਆ, ਤੇ ਇਹ ਜਿਹੜੀ ਵੈਕੈਂਸੀ ਹੈ ਇਹ ਅਨਾਊਂਸ ਹੋਈ ਹੈ ਜੀ ਸਬਆਰਡੀਨੇਟ ਕੋਰਟ ਅੰਡਰ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵਿੱਚ। ਇੱਥੇ ਦੋਸਤੋ ਆਨਲਾਈਨ ਫਾਰਮ ਡਿਮਾਂਡ ਕੀਤੇ ਗਏ ਹੈ, ਤੇ ਤੁਸੀਂ ਜਿਹੜੇ ਇੱਥੇ ਆਨਲਾਈਨ ਫਾਰਮ ਆਪਣੇ ਫਿਲ ਕਰ ਸਕਦੇ ਹੋ। ਤੇ ਡਰਾਈਵਰ ਦੀ ਦੋਸਤੋ ਇੱਥੇ 8 ਪੋਸਟਾਂ ਅਨਾਊਂਸ ਹੋਈ ਹੈ। ਨਏ ਰੂਲ ਮੁਤਾਬਿਕ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ, ਤੇ ਤੁਸੀਂ ਆਪਣੇ ਫਾਰਮ ਦਾ ਫਸਟ ਸਟੈਪ ਜਿਹੜਾ ਹੈ ਫਸਟ ਸਟੈਪ 22-10 ਤੱਕ ਕੰਪਲੀਟ ਕਰ ਸਕਦੇ ਹੋ, ਸੈਕਿੰਡ ਕਰ ਸਕਦੇ ਹੋ ਜੀ 25-10 ਤੱਕ, ਠੀਕ ਹੈ। ਤੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰੋ। ਬਟ ਹਾਲੇ ਦੋਸਤੋ ਅਪਡੇਟ ਨਹੀਂ ਆਇਆ, ਸ਼ਾਮ ਤੱਕ ਜਾਂ ਦੁਪਹਿਰ ਤੱਕ ਜਦੋਂ ਵੀ ਆ ਜਾਏਗਾ ਤੁਸੀਂ ਅਪਡੇਟ ਜਿਹੜਾ ਹੈ ਚੈੱਕ ਕਰ ਲੈਣਾ। ਇਸ ਤੋਂ ਬਾਅਦ ਦੋਸਤੋ ਦੂਜੀ ਜਿਹੜੀ ਵੈਕੈਂਸੀ ਅਨਾਊਂਸ ਹੋਈ ਹੈ ਉਹ ਹੈ ਜੀ ਸੈਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਇੱਥੇ ਵੀ ਦੋਸਤੋ ਡਰਾਈਵਰਾਂ ਦੀ ਹੀ ਵੈਕੈਂਸੀ ਅਨਾਊਂਸ ਹੋਈ ਹੈ, ਤੇ ਇੱਥੇ ਲਿਮਿਟ ਨਹੀਂ ਦਿੱਤੀ ਹੋਈ, ਜਿੰਨੇ ਵੀ ਬੱਸਾਂ ਉਹਨਾਂ ਦੇ ਅਕੋਰਡਿੰਗ ਹੀ ਇਹ ਡਰਾਈਵਰ ਰੱਖਣਗੇ। ਇੱਥੇ ਦੋਸਤੋ ਤੁਸੀਂ ਸਿੱਧਾ ਇੰਟਰਵਿਊ ਦੇ ਲਈ ਜਾਣਾ 26/9/2019 ਸਵੇਰੇ 9 ਵਜੇ ਤੁਹਾਡਾ ਜਿਹੜਾ ਹੈ ਇਹਨਾਂ ਦੇ ਦਫ਼ਤਰ ਇੰਟਰਵਿਊ ਹੋਏਗਾ, ਠੀਕ ਹੈ। ਇਹਨਾਂ ਦਾ ਦਫ਼ਤਰ ਹੈ ਜੀ ਬਹਾਦਰਗੜ੍ਹ ਪਟਿਆਲਾ ਵਿਖੇ। ਇੱਥੇ ਤੁਹਾਡਾ ਇੰਟਰਵਿਊ ਹੋਏਗਾ, ਤੇ ਇਹਨਾਂ ਦੇ ਲਈ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈ ਉਹ ਤੁਹਾਡੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕੀਤੀ ਹੋਈ, ਤੇ ਨਾਲੇ ਹੈਵੀ ਗੱਡੀਆਂ ਚਲਾਉਣ ਦਾ ਤੁਹਾਡੇ ਕੋਲ ਲਾਇਸੈਂਸ ਹੋਏ, ਐਕਸਪੀਰੀਅੰਸ ਹੋਏ ਦੋਸਤੋ 5 ਸਾਲਾਂ ਦਾ, ਤਾਂ ਤੁਸੀਂ ਇੰਟਰਵਿਊ ਦੇ ਲਈ ਜਾ ਸਕਦੇ ਹੋ। ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਵੀ ਇੱਥੇ ਦਿੱਤੀ ਹੋਈ ਹੈ, ਠੀਕ ਹੈ। ਨਾਲ ਦੀ ਨਾਲ ਦੋਸਤੋ ਇੱਥੇ ਫੋਨ ਨੰਬਰ ਵੀ ਦਿੱਤੇ ਹੋਏ, ਤੁਸੀਂ ਫੋਨ ਕਰ ਸਕਦੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਇਹਨਾਂ ਨਾਲ ਸੰਪਰਕ ਸਾਂਝਾ ਕਰ ਲਓ। ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ। ਤਾਂ ਦੋਸਤੋ ਇਹ ਸੀ ਅੱਜ ਦੀ ਵੈਕੈਂਸੀ ਡਿਟੇਲ, ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।